ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਕੌਲ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਮਰਜੀਤ ਸਿੰਘ ਹੋਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਇਮੇਜ ਦਿਖਾਉਣੀ ਆ, ਤਾਜ਼ੀ ਸੂਈ ਆ, ਉਹ ਜਿਹੜਾ ਬੱਚਾ ਇਹਦਾ, ਅਤੇ ਬਾਕੀ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੋਣਾਂ ਨਾਲ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਆਪਣੀ ਚਵਾਈ ਕਰਕੇ, ਪਾਸ ਕਰਕੇ, ਵਿਸ ਚੱਕ ਕੇ ਤਸੱਲੀ ਕਰਕੇ ਖੜੋ। ਅਤੇ ਜਿਹੜਾ ਕੋਈ ਵੀਰ ਨਹੀਂ ਚਵਾ ਸਕਦਾ, ਉਹ ਆਪਣਾ ਜਿਹੜਾ ਵੀਰ ਨਹੀਂ ਕੋਈ ਇੱਥੇ ਪਹੁੰਚ ਸਕਦਾ, ਉਹ ਵੀਡੀਓ ਕਾਲ 'ਤੇ ਆਪਣੀ ਚਵਾਈ ਕਰਾ ਲਏ। ਤਸੱਲੀ ਕਰਕੇ ਖੜਨ ਦਾ ਫਰਜ਼ ਜਿਹੜਾ ਤੁਹਾਡਾ ਵਾ, ਸਾਰੀਆਂ ਚੀਜ਼ਾਂ ਆਪ ਵਿਸ ਚੱਕ ਕੇ ਖੜਿਆ ਕਰੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੀਆਂ ਮੇਰੀਆਂ ਧੀਆਂ ਭੈਣਾਂ ਨੂੰ, ਦੇਸਾਂ ਵਾਸਦਿਆਂ ਸਾਰਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਠੀਕ ਹੈ ਜੀ, ਗੁਰੂ ਰਾਮਦਾਸ ਦੀ ਕਿਰਪਾ ਜੀ। ਵੇਗੀ ਉਦਣ ਵਾਲੀ ਫਿਰ ਉਦਣ ਯਾਰ ਪੀਸ ਅੱਗੇ ਮੈਂ ਨਾ ਮੈਂ ਕੌਣ ਨਾ, ਹਾਂਜੀ ਹਾਂਜੀ, ਕਰਨ ਕਰਾਉਣ ਵਾਲਾ ਆਪੇ ਪਰਮਾਤਮਾ। ਠੀਕ ਆ, ਉਹ ਪਹਿਲੇ ਫੋਨ ਤੇ ਵੇਗੀ, ਪਰ ਇੰਨਾ ਕੁ ਦਾ ਫੋਨ ਮੇਰਾ ਘੱਟੋ ਘੱਟ ਮੈਂ ਕੱਢ ਨਹੀਂ ਸਕਦਾ, ਉਹ ਮੈਨੂੰ ਇੰਨਾ ਭੇਦ ਨਹੀਂ, ਮੇਰੇ ਕੋਲ ਫੋਨ ਦੇਸੀ ਹੈ। ਠੀਕ ਆ, ਹੁਣ ਦੂਜਾ ਰੱਖੋਗੇ, ਹੁਣ ਅੰਗਰੇਜ਼ੀ ਫੋਨ ਰੱਖੋਗੇ, ਹੁਣ ਇਹ ਵੀ ਦੇਸੀ ਰੱਖਣਾ। ਜਦੋਂ ਮੈਨੂੰ ਜਾਜ ਨਹੀਂ, ਮੇਰੇ ਤੋਂ ਮਤਬਲ ਦੇ ਨਹੀਂ, ਮੈਨੂੰ ਤਾਂ ਅੱਗੇ ਲੱਭਾ ਇੱਕ ਦਿਨ। ਅੱਛਾ, ਨਵਾਂ ਫੋਨ ਕਿਸੇ ਡੱਬੇ ਸਮੇਲ ਲੱਭਾ, ਫਿਰ ਵਾਪਸ ਕੀਤਾ। ਅੱਛਾ, ਮੈਂ ਮੈਨੂੰ ਚਲਾਉਣਾ ਨਹੀਂ ਆਉਂਦਾ, ਮੈਂ ਕੀ ਕਰਨਾ। ਅੱਛਾ ਹਾਂਜੀ, ਤੇ ਮੈਂ ਲੈਣਾ ਕੀ, ਆਪਾਂ ਨੂੰ ਇੰਨਾ ਪੜ੍ਹੇ ਹੀ ਨਹੀਂ ਆਪਾਂ ਵਿਚਾਰ, ਇਸ ਤਰ੍ਹਾਂ ਦਿੱਤਾ ਹੋਣਾ ਕਿਸੇ ਨੇ ਉਦੋਂ ਤੇ, ਨਾ ਕਿ ਉਹ ਆਪਣੇ ਲੈ ਕੇ ਨਾਨਕਿਆਂ ਨੂੰ ਵਿਖਾਉਣ ਆਉਣ ਡਿਆ ਵੀ ਆਹ ਫੋਨ ਲਿਆ, ਤੇ ਰਾਹ ਸੁੱਟ ਗਏ। ਅੱਛਾ ਅੱਛਾ, ਉਹ ਮੋਟਰਸਾਈਕਲ ਤੇ ਮੈਂ ਸਾਈਕਲ ਤੇ ਮੈਨੂੰ ਲੱਭ ਗਿਆ। ਅੱਛਾ ਅੱਛਾ, ਮੈਂ ਉਹ ਮੁੜ ਕੇ ਵਾਪਸ ਉਹਨਾਂ ਮੁੰਡਿਆਂ ਨੂੰ ਆਖਿਆ ਵੀ ਚੁੱਕੋ ਉਹਨੂੰ, ਦੱਸੋ ਅੱਛਾ ਇਹਦਾ ਕੀ ਹਿਸਾਬ ਦਾ, ਅੱਛਾ ਦੱਸਿਆ ਵੀ ਤੁਹਾਡੇ ਘਰ ਲੈਣ ਆਏ ਜਾ ਰਹੇ। ਠੀਕ ਠੀਕ, ਆਹ ਚਲੋ ਇਹ ਤੇ ਬਾਕੀ ਉਤਰਾ, ਹੁਣ ਨਵਾਂ ਫੋਨ ਲੈ ਕੇ ਰੱਖੋ ਵੱਡਾ ਕੇ। ਹਾਂ ਦੇਸੀ ਕਹਿੰਦੇ ਮੈਂ ਲੈ ਲੂੰ ਜਿਹੜਾ 1200 ਵਾਲਾ, ਵੱਡਾ ਮੇਰੇ ਤੇ ਬੇਕਾਰ ਹੈ। ਠੀਕ ਹੈ, ਉਹ ਤੇਰੀ ਫਰਮਾਇਸ਼ ਪੂਰੀ ਕਰ ਦਿੰਦਾ, ਕਿਵੇਂ ਪੁਰਾਣਾ ਜ਼ਿਆਦਾ ਹੋ ਗਿਆ, 3-4 ਸਾਲ ਹੋ ਗਏ ਇਹਨੂੰ। ਅੱਛਾ, ਚਲੋ ਹੁਣ ਰਿਟਾਇਰ ਕਰ ਦੋ ਇਹਨੂੰ, ਰਿਟਾਇਰ ਕਰਨਾ। ਤੇ ਚਲੋ ਨਾਮ ਦੱਸ ਦਿਓ ਕਿ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ। ਹਾਂਜੀ, ਪਿੰਡ ਮੇਰਾ ਚੱਕ ਔਲਿਆ ਕਾਗਜੀ, ਚੋਤਰਾ ਬੋੜੀ ਚੱਕ ਨਾਲ ਜ਼ਿਆਦਾ ਮਸ਼ਹੂਰ, ਮੈਂ ਹਰ ਵਾਰੀ ਦੱਸਦਾ ਨਾ ਕੋਈ ਚੱਕ ਹੈ ਬੜੇ। ਠੀਕ ਆ ਹਾਂਜੀ, ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ। ਤੇ ਫੋਨ ਨੰਬਰ ਵੀ ਬੋਲ ਦਿਓ, 7528-99-413। ਠੀਕ ਆ, ਤੇ ਅੱਜ ਫਿਰ ਇੱਕੋ ਹੀ ਆ ਫਿਰ? ਤੈਨੂੰ ਪਤਾ ਬਾਪੂ ਨੂੰ ਕਈ ਸਾਲ ਹੋ ਗਏ ਇੱਕ ਹੀ ਚਲਾਉਂਦਾ। ਠੀਕ ਆ, ਇੱਕ ਹੀ ਦੇਣਾ ਵਧੀਆ ਮਾਲ ਸਿਰੇ ਦਾ ਹੁੰਦਾ ਆਪਾਂ। ਠੀਕ ਆ ਜੀ, ਤੇ ਚਲੋ ਫਿਰ, ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ? ਇਹਨੂੰ 4 ਦਿਨ ਹੋਏ ਸੂਈ ਨੂੰ, ਚੌਥਾ ਦਿਨ ਹੈ। ਚੌਥਾ ਦਿਨ ਹੈ, ਹਾਂਜੀ। ਇਹ ਤਾਂ ਬੋਲੇ 'ਚ ਹੀ ਹੋਣੀ ਆ। ਹਾਂ, ਬੋਲਾ ਥੱਲੇ 10 ਲੀਟਰ ਆਰਾਮ ਨਾਲ ਹੈਗਾ ਜੀ। ਤਿਆਰ ਜਿਹੜਾ? ਤਿਆਰ ਹੈ ਜੀ। ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗਾ? ਦੁੱਧ ਜੀ ਇਹ ਜਿੱਡੀ ਮੱਝ ਆ, ਜਿਹੋ ਜੀ ਨਸਲ ਹੈ। ਹਾਂਜੀ, ਐਵੇਂ ਮੈਂ ਕਹਿੰਦਾ 20-20 ਦਿਨ, 15-16 ਤੋਂ 15-16 ਤੱਕ ਆਰਾਮ ਨਾਲ ਕੱਢੂਗੀ। ਠੀਕ ਆ, ਕਿਉਂ ਰਾਜੀ ਪੂਰੀ ਆ, ਤੇ ਚਵਾਜ ਓਕੇ ਪੂਰਾ, ਆਪਾਂ ਵਿਖਾ ਦੇਣਾ। ਚਲੋ ਦਿਖਾ ਦਈਏ ਫਿਰ, ਵਿਖਾਉਣਾ ਇਸ ਕਰਕੇ ਮੇਰੇ ਕੋਲ ਕੋਈ ਕਹਿੰਦੇ ਬਾਪੂ ਵੀਡੀਓ ਸਿੱਧੀ ਪਾ, ਵੀਡੀਓ ਮੈਂ ਕਹਿੰਦਾ ਨਾ ਪਾਦਾ, ਮੇਰੇ ਕੋਲ ਫੋਨ ਦੇਸੀ ਆ। ਠੀਕ ਆ, ਮੈਂ ਕੋਈ ਚੀਜ਼ ਨਹੀਂ ਰਹਿਣ ਦੇਣੀ ਜਿਹੜੀ ਸਮੱਸਿਆ ਆਵੇ। ਠੀਕ ਆ, ਆਪਾਂ ਹਰ ਚੀਜ਼ ਇਹਦੀ ਵਿਖਾਉਣੀ। ਤੇ ਬਾਕੀ ਇਹ ਆ, ਕੋਈ ਵੀਰ ਇੱਥੇ ਆ ਕੇ ਆਪਣੇ ਦੋ ਟਾਈਮ ਬੜੀ ਆ, ਮੈਂ ਕਿਹਾ ਕਿ ਨਾ ਹਰ ਵੀਡੀਓ 'ਚ, ਹਾਂਜੀ, ਮੇਰੀ ਸੀਲੀ ਦੀ ਫੁੱਲ ਗਰੰਟੀ, 4 ਬੰਦੇ ਚੋਣ ਮੱਝ ਹਿੱਲ ਜਾਏ। ਅੱਛਾ, ਫਿਰ ਮੈਨੂੰ ਅਗਲਾ ਗੱਲ ਕਰੇ। ਠੀਕ ਆ ਜੀ, ਠੀਕ ਆ। ਤੇ ਆਹ ਦੇ ਸਾਦੇ 'ਚ ਤਾਜ਼ਾ ਹੀ ਆ ਬੱਚਾ, ਇਹ ਪੂਰੀ ਦੁੱਧ ਚੁੰਗਣ ਦੀ ਵੀ ਨਹੀਂ ਜਾਚ, ਤੇ ਬਾਕੀ ਥੱਲਿਓਂ ਵੀ ਚੰਗੀ ਤਿਆਰ ਹੋਈ ਆ। ਹਾਂ, ਦੇਖ ਸਕਦੇ ਜੀ, ਪਸਮ ਗਈ ਆ ਜਿਹੜੀ, ਬੱਚਾ ਭਾਵੇਂ ਪਿੱਛੇ ਵੀ ਬੰਦ, ਤਾਂ ਵੀ ਕੋਈ ਗੱਲ ਨਹੀਂ ਆ। ਅਤੇ ਆਹ ਦੇਖ ਸਕਦੇ ਥਾਣੇ ਦੇ ਲਾਗੇ ਤੋਂ ਚੰਗਾ ਦੂਰ ਦੂਰ ਜਿਹੜਾ ਥਾਣੇ ਆ, ਦਿਖਾ ਦਿਓ ਵਿੱਚ ਹੀ ਚਵਾ ਫਿਰ ਇਹਦਾ। ਤੇ ਪਿਛਲੇ ਖਾਣਾ ਦਾ ਵੀ ਦਿਖਾ ਦੇ ਚਵਾ।
ਬਿਲਕੁਲ ਸਾਫ ਸੁਥਰਾ ਹੈ। ਸਟੋਰੀ ਹੈ ਫਿਰ ਬਹਿ ਜਾ ਰੈਡੀ ਤੇ ਇਹ ਵੀ ਭਾਵੇਂ ਦੋਵੇਂ ਪਾਸੇ ਬਹਿ ਕੇ ਚਲੋ। ਠੀਕ ਹੈ ਜੀ, ਗਾਈ ਵੀ ਕਿਉਂ ਗਾਈਆਂ ਨੂੰ ਫੇਲ ਕਰੂਗੀ। ਠੀਕ ਆ, ਜਿੱਧਰ ਮਰਜ਼ੀ ਬਹਿ ਜਾਓ, ਠੰਡੀ ਧੀਰੀ ਆ, ਬੱਚਾ ਵੀ ਉੱਥੇ ਵੱਜਿਆ ਆ ਤੇ ਲਾਗੇ ਵੀ ਉਹ ਕੱਟੀਆਂ ਵੀ ਵੱਜੀਆਂ ਵਾ, ਕੋਈ ਗੱਲ ਨਹੀਂ ਆ, ਕੋਈ ਡਰਦੀ ਨਹੀਂ ਆ, ਕੋਈ ਮਸਲਾ ਹੀ ਨਹੀਂ ਲੈਣ ਵਾਲਾ। ਠੀਕ ਆ, ਪੁੱਠੇ ਬੰਨੇ ਬਹਿ ਗਏ ਚੋ ਤੁਸੀਂ। ਠੀਕ ਆ, ਚਲੋ ਤੋਰੋ ਹਾਂ ਫਿਰ ਇੱਕ ਰੀਨ, ਬਾਕੀ ਹੀਰਾ ਲਿਆਈਦਾ, ਹੀਰਾ ਹੀ ਲੋਕਾਂ ਦੇ। ਠੀਕ ਆ ਜੀ, ਬਾਕੀ ਸੀਲੀਆਂ ਦਾ ਵੀ ਜਿਹੜਾ ਵਾ ਧਿਆਨ ਰੱਖਣਾ ਚਾਹੀਦਾ ਵਾ, ਬਾਅਦ 'ਚ ਕੱਲ੍ਹ ਨੂੰ ਕਿਤੇ ਬੱਚਾ ਉਹ ਵੀ ਉੱਪਰ ਥੱਲੇ ਹੋ ਜਾਵੇ ਤਾਂ ਕੋਈ ਐਡੀ ਪਰਵਾਹ ਨਹੀਂ ਹੁੰਦੀ ਕਰਦੀਆਂ ਇਹੋ ਜਿਹੀਆਂ ਮੱਝਾਂ। ਬਾਕੀ ਚੰਗੀ ਤਿਆਰ ਹੋਈ ਆ ਥੱਲੇ ਵੀ, ਬਾਕੀ ਹਵਾਨੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਵਾ। ਬਾਕੀ ਚੰਗੀ ਤਿਆਰ ਹੋ ਗਈ ਆ ਥੱਲਿਆ, ਬਾਕੀ ਹਵਾਨੇ ਦੀ ਤੱਕ ਗਾਹਣ ਵੀ ਚੰਗੀ ਆ, ਉਮੀਦ ਆ ਕਿ ਜਿਹੜਾ ਵਾ ਇਹਦੀ ਗਾੜ ਵੀ ਚੰਗੀ ਹੋਊਗੀ। ਅਤੇ ਆਹ ਦੇਖ ਸਕਦੇ ਹਵਾਨੇ 'ਤੇ ਵੀ ਨਾੜਾਂ ਜਿਹੜੀਆਂ ਬਰੀਕ ਬਰੀਕ ਆ, ਅਤੇ ਮੁੱਲ ਫਿਰ ਇਹਦਾ ਦੱਸੀਏ ਆਪਾਂ। ਮੁੱਲ ਜਿਹੋ ਜਿਹੀ ਮੱਝ ਸੀ ਲਿਆ ਨਾ, ਹਾਂਜੀ, ਇਹਦਾ ਕੋਈ ਦੇਣ ਨਹੀਂ ਦੇ ਸਕਦਾ। ਠੀਕ ਆ, ਇੱਥੋਂ ਤੱਕ ਵੀ ਚਾਰ ਜਣੇ ਵਾਰੀ ਵਾਰੀ ਬਹਿ ਕੇ ਚੋਣ ਨਾ, ਹਾਂਜੀ, ਲੂਗੀ ਨਹੀਂ, ਹਾਂਜੀ, ਭਾਵੇਂ ਹੁਣੇ ਥੱਲੇ ਇਸ ਤਰ੍ਹਾਂ ਬਹਿ ਜਾਈਏ ਫਿਰ ਅਸੀਂ। ਠੀਕ ਆ, ਦੂਜੀ ਗੱਲ ਦਾ ਬੱਚਾ ਭਾਵੇਂ ਗੁਆਂਢੀ ਨਾਲ ਬੰਦ ਹੋ, ਅੱਛਾ, ਤਾਂ ਵੀ ਆ ਕੇ ਥੱਲੇ ਬਹਿ ਜਾਓ, ਤਾਂ ਵੀ ਮੈਂ ਕਰਦੀ ਇਹੋ ਜਿਹਾ ਡੰਗਰ ਤੋਂ ਇਹ ਨਾ ਅਹਿਸਾਸ ਉਤਰੀ ਮੇਰਾ ਜੀ ਕਹਿੰਦਾ 90 ਮੰਗਣਾ ਲੋਕਾਂ ਨੂੰ। ਠੀਕ ਆ, ਬਾਕੀ ਨਹੀਂ ਕਿਉਂ ਬਾਪ ਨੂੰ ਮੈਨੂੰ ਅੱਗੇ ਆਉਂਦੇ ਚਾਚਾ ਆਉਂਦੇ ਨਾ ਜ਼ਿਆਦਾ ਵੀਰੀ, ਚਾਚਾ ਤੇਰਾ ਰੇਟ ਬੜਾ ਸਸਤਾ, ਮਾਲ ਇੰਨਾ ਸਸਤਾ ਕਿਉਂ ਪਾਉਣਾ। ਮੈਂ ਇੱਕੋ ਉਹਨਾਂ ਨੂੰ ਉਦਾਹਰਨ ਦਿੰਦਾ ਵੀ ਪੁੱਤ ਮੇਰਾ ਖਰਚਾ ਕੋਈ ਨਹੀਂ, ਧੀਆਂ ਪੁੱਤ ਵਿਆਹੇ ਆ, ਰੱਬ ਨੇ ਪੋਤਰੇ ਦੋ ਦਿੱਤੇ, ਮੈਂ ਕਿਹੜਾ ਪੋਤਰੀਆਂ ਦਾਜ ਦੇਣਾ, ਇਹ ਕਰਕੇ ਕਿਸੇ ਗਰੀਬ ਨਾਲ ਧੱਕਾ ਨਾ ਹੋਵੇ। ਅੱਛਾ, ਤੇ ਆਪਾਂ ਰੇਟ ਬਿਲਕੁਲ ਜਾਇਜ਼, ਇਹਦਾ ਸਿਰਫ 82,000 ਰੁਪਇਆ। ਅੱਛਾ, ਹਾਂਜੀ, 82,000, ਹਾਂਜੀ, ਹੋਰ ਕਰਦੀ ਹੈ ਮਾਨ, ਕਰਦੇ ਆਪ ਹੀ ਕਰ ਦੋ, ਤੂੰ ਪੁੱਤ ਕਰਦੇ ਜੋ ਕਰਨਾ, ਮੈਂ ਤੇ ਜੇ ਤਿਹਾਰ ਸੁੱਟ ਦੇਣਾ ਖੁੱਲਾ ਕਰ ਦਈਏ ਫਿਰ, ਜਿੰਨਾ ਪਰ ਇਹ ਇੰਨਾ ਵੀ ਖੁੱਲਾ ਕਰਾਂ ਬਾਪੂ ਆਪ ਹੀ ਡੰਗੇ ਆ ਜਾਵੇ। ਨਹੀਂ ਇੰਨਾ ਨਹੀਂ ਕਰਦੇ, 2,000 ਛੱਡ ਦਈਏ, ਛੱਡ ਦੇ 80 ਚੋਂ, ਛੱਡ ਦੇ 80 ਚੋਂ, ਹਾਂਜੀ, ਤੇਰਾ ਭਰਾ ਜਾਨ ਜਾਨ ਤੋਂ ਹੁਣ ਜਾਨ ਦੇ 80 ਚੋਂ ਕਰ ਦੇਵਾਂਗੇ, ਕੋਈ ਨਹੀਂ ਕੋਈ ਨਹੀਂ। ਉਹ ਚੋਂ ਫਿਰ ਮੈਂ ਕੋਈ ਨਾਲ ਇਸ ਤਰ੍ਹਾਂ ਅੱਗੇ ਪਿਛਲੀ ਆ ਨਾ, ਹਾਂਜੀ, ਬੰਦੇ 2-3 ਸਿਆਣੇ ਆਏ ਨਾਲ, ਇੱਕ ਨਿਆਣਾ ਆਇਆ, ਅੱਛਾ, ਉਹਨਾਂ ਮੈਨੂੰ ਪੈਸੇ ਦਿੱਤੇ, ਮੈਂ ਤੁਰ ਲੱਗਾ, ਫਿਰ 200 ਮੁੰਡੇ ਨੂੰ ਦੇਤਾ, ਮੈਂ ਲੈ ਪੁੱਤਰ ਆ ਚੀਜ਼ੀ ਖਾਈ। ਅੱਛਾ, ਇਹ ਕੰਮ ਆਇਆ ਤੇ ਫਿਰ ਆਪਾਂ ਥੋੜਾ ਬਹੁਤਾ ਜੋ ਮਤਲਬ 78 ਚੋਂ ਛੋਟ ਛਾੜ ਕਰ ਦੋ, ਛੋਟ ਛਾੜ ਹੀ ਹੋਣੀ, ਤੂੰ ਪਤਾ ਪਹਿਲਾਂ ਹੀ 4,000 ਤਾਂ ਪਹਿਲਾਂ ਹੀ ਕਰ ਲਿਆ, ਤਾਂ ਹੁਣ ਮੈਂ ਕੀ ਕਰ ਸਕਦਾ। ਠੀਕ ਆ, ਚਲੋ, ਬਾਕੀ ਇਹ ਆ ਵੀ ਕੋਈ ਵੀਰ ਆਪਣੀ ਸਮਝ ਨਾ ਵੇਖ ਕੇ ਚਵਾਈ ਕਰਕੇ ਤੇ ਤਸੱਲੀ ਕਰਕੇ ਹੀ ਖੜੇ ਜੀ।